ਅੱਛਾ ਜੀ ਆਈ ਡੇਟ ਹੋ ਗਈ 24 7ਵਾਂ ਮਹੀਨਾ 2023 ਐਡਮ ਰਾਲਾ ਤੋਂ ਥੱਲੇ 12 ਕਿਲੋਮੀਟਰ ਸ਼ਬਾਸਪੁਰ ਬਰੀ ਤੋਂ ਉੱਤੇ 2 ਕਿਲੋਮੀਟਰ ਤੋ ਆ ਲਾਇਨ ਆ ਜਿਹੜਾ ਤੁਸੀਂ ਥੰਬਨੇਲ ਤੇ ਵੇਖਿਆ ਹੋਵੇ ਇਹ ਵੀਡੀਓ ਤੁਸੀਂ ਪੂਰੀ ਵੇਖੋ ਤੇ ਤੁਹਾਨੂੰ ਪਤਾ ਲੱਗ ਜੇ ਦਾ 383000 ਪਾਣੀ ਕਿਹੜੇ ਦਰਿਆ ਦੇ ਵਿੱਚ ਹੈ ਜੀ ਅੱਛਾ ਜੀ ਗੱਲ ਕੁਛ ਇਸ ਤਰ੍ਹਾਂ ਕਿ ਜੋ ਕਿ ਤੁਸੀਂ ਥੰਬਨੇਲ ਤੇ ਵੇਖਿਆ ਕਿ ਇੰਡੀਆ ਨੇ 383000 ਪਾਣੀ ਛੋੜ ਦਿਆ ਓਣ ਤੁਸੀਂ ਵੇਖਣਾ ਹੈ ਵੇ ਕਿ ਉਹ ਕਿਹੜੇ ਦਰਿਆ ਚ ਛੜਿਆ ਕਿਹੜਿਆਂ ਕਿਹੜਿਆਂ ਦਰਿਆਵਾਂ ਦੇ ਵਿੱਚ ਇਹ ਚਨਾਬ ਵਿੱਚ ਇਹ ਰਾਵੀ ਚ ਇਹ ਸਤਲਜ ਚ ਜੇਲਮ ਚ ਠੀਕ ਹੈ ਕੋਟਰੀ ਕੋਲੇ ਤੌਸੇ ਕੋਲੇ ਕਾਲਾ ਬਾਗ ਕੋਲੇ ਚਸ਼ਮੇ ਕੋਲੇ ਠੀਕ ਹੈ ਖੈਰਾਬਾਦ ਕੋਲੇ ਕਿਧੇ ਕੋਲੇ ਇਹ ਪਤਾ ਤੁਹਾਨੂੰ ਤਾਂ ਲੱਗਣਾ ਜਿਸ ਟਾਈਮ ਤੁਸੀਂ ਵੀਡੀਓ ਪੂਰੀ ਵੇਖਣੀ ਇਹਕੇ ਵੀਡੀਓ ਬਿਲਕੁਲ ਸਕਿਪ ਨਹੀਂ ਕਰਨੀ ਜਿਸ ਬੰਦੇ ਨੇ ਵੀਡੀਓ ਵੇਖਣੇ ਤੋਂ ਬਗੈਰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕੀਤਾ ਉਹ ਜਿਸ ਟਾਈਮ ਅਗੂ ਵੀਡੀਓ ਵੇਖੇਦਾ ਤੇ ਉਹ ਪਛਤਾਏਗਾ ਇਸ ਗੱਲੇ ਕਮੈਂਟ ਵੀਡੀਓ ਥਲੇ ਤਾਂ ਕਰਨਾ ਹੈ ਪਹਿਲਾਂ ਵੀਡੀਓ ਵੇਖ ਕੇ ਰਿਪੋਰਟ ਵੇਖ ਕੇ ਤੇ ਫਿਰ ਤੇ ਅਗਰ ਰਿਪੋਰਟ ਝੂਠੀ ਹੋਈ ਜੋ ਡਾਣਾ ਖੋਦੇ ਉਹ ਮੈਂ ਭਰਾਂਦਾ ਤੇ ਵੀਡੀਓ ਦਾ ਕਰਨੇ ਜੀ ਆਗਾਜ਼ ਬismillahirrahmanirrahim ਅਸਲਾਮੁਅਲੈਕਮ ਯਾ ਅਲੀ ਖਕ ਹੈਦਰ ਉਮੀਦ ਕਰਨਾ ਹੈ ਕਿ ਤੁਸੀਂ ਸਾਰੇ ਭਰਾ ਠੀਕ ਹੋ ਉਹਦੇ ਤੇ ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਠੀਕ ਰੱਖੇ ਜੀ ਤੇ ਅੱਜ ਦਾ ਜਿਹੜਾ ਵਲੋਗ ਹੈ ਇਹ ਸਾਰਿਆਂ دریاਵਾਂ ਦੇ ਉੱਤੇ ਹੋਵੇ ਜਿਸ ਤਰ੍ਹਾਂ ਕਿ ਤੁਸੀਂ ਸੁਣ ਲਿਆ ਕਿ 383000 ਪਾਣੀ ਹੁਣ ਦੱਸਣ ਵਾਲੀ ਗੱਲ ਇਹ ਰਹਿ ਗਈ ਕਿ ਕਿਹੜੇ ਕਿਹੜੇ ਦਰਿਆ 'ਚ 383 ਇਹ ਕਿਹਦੇ ਕੋਲ 2 ਲੱਖ ਹੈ ਕਿਹਦੇ ਕੋਲ 3.5 ਕਿਹਦੇ ਕੋਲ ਪੋਨੇ 2 ਹੋਵੇ ਕਿਹਦੇ ਕੋਲ 1.30 ਹੈ ਕਿਸ ਕੋਲ 1.40 ਹੈ ਕਿਹਦੇ ਕੋਲ 63000 ਹੈ ਤੇ ਕਿਹਦੇ ਕੋਲ 4000 ਹੈ ਵੀਡੀਓ ਤੁਸੀਂ ਪੂਰੀ ਵੇਖਣੀ ਹੈ ਜਿੰਨਾ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤੇ ਆ ਆਪਣੀ ਸ਼ਹਾਦਤ ਦੀ ਉਂਗਲ ਦਾ ਇਸਤੇਮਾਲ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਇੱਕ ਟੱਲੀ ਦਾ ਨਿਸ਼ਾਨ ਹੈ ਉਹਨੂੰ ਦਬਾਓ ਤਾਂ ਕਿ ਬਰ ਬਖਤ ਤੁਹਾਡੇ ਕੋਲ ਰਿਪੋਰਟ ਜਿਹੜੀ ਹੈ ਦਰਿਆਇ ਚਨਾਬ ਦੀ ਔਰ ਟੋਟਲ ਪੂਰੇ ਪਾਕਿਸਤਾਨ ਦੇ ਦਰਿਆਵਾਂ ਦੀ ਰਿਪੋਰਟ ਤੁਹਾਡੇ ਕੋਲ ਬਰ ਬਖਤ ਪਹੁੰਚ ਸਕੇ ਤਾਂ ਕਿ ਤੁਸੀਂ ਆਪਣੇ ਆਪ ਨੂੰ ਇਸ ਪਾਣੀ ਤੋਂ ਮਫੂਜ਼ ਰੱਖ ਸਕੋ ਤੇ ਵੀਡੀਓ ਦਾ ਕਾਰਨ ਆਗਾਜ਼ ਤੇ ਸੁਣੋ ਦਰਿਆਵਾਂ ਵਿੱਚ ਕਿੰਨੇ ਕਿੰਨੇ ਪਾਣੀ ਨੇ ਸਾਬ ਨੂੰ ਪਹਿਲਾ ਰਿਪੋਰਟ ਲੀਲੋ ਜੀ ਤੁਸੀਂ ਦਰਿਆਇ ਚਨਾਬ ਦੀ ਐਡ ਪਾਈਨਾ ਤੱਕ ਉਸ ਤੋਂ ਬਾਅਦ ਫਿਰ ਆਜ ਦੀ ਰਿਪੋਰਟ ਰਾਵੀ ਦੀ ਰਾਵੀ ਤੋਂ ਬਾਅਦ ਸਤਲੈ ਦੀ ਤੇ ਸਤਲੈ ਤੋਂ ਬਾਅਦ ਜੇਲਮ ਤੇ ਜੇਲਮ ਤੋਂ ਬਾਅਦ ਫਿਰ ਇੰਡਸ ਰਿਵਰ ਦੇ ਜਿੰਨੇ ਦਰਿਆ ਨੇ ਉਹਨਾਂ ਦੀ ਐਡ ਮਰਾਲਾ ਕੋਲ ਪਾਣੀ ਹੈ ਜਨਾਬ 1 ਲੱਖ 20000 1 ਲੱਖ 10000 ਪੁਆਇੰਟ ਡਿਸਚਾਰਜ ਕਰ ਰਿਹਾ 1 ਲੱਖ 40000 ਦਾ ਰੇਲਾ ਕੱਲ ਦਾ ਨਿਕਲ ਚੁੱਕੇ ਆ ਜੀ ਉਸ ਤੋਂ ਬਾਅਦ ਖਾਨਕੀ ਆ ਗਿਆ ਖਾਨਕੀ ਕੋਲ 1 ਲੱਖ ਪਾਣੀ ਥੱਲੇ ਜਾ ਰਿਹਾ ਹੈ 90000 ਪਾਣੀ ਉਸ ਤੋਂ ਥੱਲੇ ਕਾਦਰਾਬਾਦ ਹੈ ਕਾਦਰਾਬਾਦ ਕੋਲ ਪਾਣੀ ਹੈ 120000 ਥੱਲੇ ਜਾ ਰਿਹਾ 110000 ਉਸ ਤੋਂ ਥੱਲੇ ਚਨੇਓੜ ਚਨੇਓੜ ਕੋਲ ਪਾਣੀ ਹੈ 108343 ਚਨੇਓੜ ਦੇ ਕਿਨਾਰਿਆਂ ਤੋਂ ਪਾਣੀ ਬਾਹਰ ਨਿਕਲ ਰਿਹਾ ਇੱਕ ਗਿਠ ਪਾਣੀ ਹੋਰ ਬਾਹਰ ਨਿਕਲੇ ਦਾ ਫੇਰ ਪਾਣੀ ਲੈਣਾ ਸ਼ੁਰੂ ਹੋ ਜੇਦਾ ਅੱਗੇ ਆ ਗਿਆ ਤ੍ਰਿਮੂ ਤ੍ਰਿਮੂ ਕੋਲ ਪਾਣੀ ਹੈ 109698 ਥੱਲੇ ਪਾਣੀ ਜਾ ਰਿਹਾ ਹੈਡ ਪਾਇਨਦ ਵਾਲੀ ਸਾਈਡ ਤੇ 99802 ਇਹ ਤ੍ਰਿਮੂ ਡਿਸਚਾਰਜ ਕਰਵਾ ਰਿਹਾ ਥੱਲੇ ਜੀ ਐਡ ਪੰਜ ਨਦ ਪੰਜ ਨਦ ਕੋਲ ਪਾਣੀ ਹੈ 52812 ਥੱਲੇ ਪਾਣੀ ਜਾ ਰਿਹਾ 47700 12 ਇਹ ਹੋ ਗਈ ਰਿਪੋਰਟ ਦਰਿਆਏ ਚਨਾਬ ਦੀ ਐਡ ਪੰਜ ਨਦ ਤੱਕ ਹੁਣ ਗੱਲ ਕਰ ਲੈਨੇ ਦਰਿਆਏ ਸਤਲੁਜ ਦੀ ਸਤਲੁਜ ਕੋਲ ਪਾਣੀ ਹੈ 63000 62 ਇਹ ਪਾਣੀ ਹੈ ਜਨਾਬ ਐਡ ਸੁਲੇਮਾਨਕੀ ਦੇ ਕੋਲ ਥੱਲੇ ਪਾਣੀ ਡਿਸਚਾਰਜ ਕਰਵਾ ਰਿਹਾ 54400 57 ਉਸ ਤੋਂ ਬਾਅਦ ਗੱਲ ਕਰ ਲੈਨੇ ਜੀ ਐਡਸਲਾਮ ਦੀ ਤੇ ਐਡਸਲਾਮ ਕੋਲ ਪਾਣੀ ਹੈ 43456 ਤੇ ਥੱਲੇ ਪਾਣੀ ਡਿਸਚਾਰਜ ਕਰਵਾ ਰਿਹਾ 28457 ਇਹ ਰਿਪੋਰਟ ਹੈ ਐਡਸਲਾਮ ਦੀ ਇਹ ਹੋ ਗਿਆ ਦਰਿਆ ਸਤਲਜ ਉਸ ਤੋਂ ਬਾਅਦ ਆ ਗਈ ਜੀ ਵਾਰੀ ਰਾਵੀ ਦੀ ਬੱਲੋ ਕੀ ਦੇ ਮਕਾਮ ਤੇ ਪਾਣੀ ਹੈ 67845 ਤੇ ਥੱਲੇ ਪਾਣੀ ਜਾ ਰਿਹਾ ਵੇ 42545 ਇਹ ਰਿਪੋਰਟ ਹੈ ਬੱਲੋ ਕੀ ਦੀ ਅੱਗੇ ਆ ਗਿਆ ਜੀ ਸੁਦਨਾਈ ਸੁਦਨਾਈ ਕੋਲ ਪਾਣੀ ਹੈ ਜਨਾਬ 29670 ਤੇ ਥੱਲੇ ਪਾਣੀ ਜਾ ਰਿਹਾ ਜਨਾਬ 18270 ਹਲੇ ਸੁਦਨਾਈ ਪਾਣੀ ਨਹੀਂ ਪਹੁੰਚਿਆ ਇਹ ਹੋ ਗਈ ਜੀ ਰਾਵੀ ਦੀ ਅੱਗੇ ਆ ਗਈ ਜੀ ਰਿਪੋਰਟ ਦਰਿਆਏ ਚੇਲਮ ਮੰਗਲਾ ਡੈਮ ਦੀ ਉਤਰੀ ਰਿਪੋਰਟ ਨਹੀਂ ਜੀ ਦੇਣੀ ਮੰਗਲਾ ਡੈਮ ਜਿਹੜਾ ਪਾਣੀ ਡਿਸਚਾਰਜ ਕਰਵਾ ਰਿਹਾ ਉਹ 15200 ਪਾਣੀ ਮੰਗਲਾ ਤੋਂ ਆ ਰਿਹਾ ਦਰਿਆਏ ਜੇਲਮ ਦੇ ਵਿੱਚ ਜੀ ਤੇ ਐਡ ਰਸੂਲ ਕੋਲ ਪਾਣੀ ਹੈ ਜੀ 7200 ਤੇ ਕੁਛ ਤੇ ਥੱਲੇ ਜਨਾਬ 0 ਹੋਣ ਜੀ ਗੱਲ ਕਰ ਲੈਣਾਂ ਤਰਬੇਲਾ ਦੀ ਖੈਰਾਬਾਦ ਦੀ ਤੇ ਉਸ ਤੋਂ ਬਾਅਦ ਚਸ਼ਮੇ ਦੀ ਤੇ ਕਾਲਾ ਬਾਗ ਦੀ ਜੀ ਤੇ ਇਸ ਟਾਈਮ ਜਨਾਬ ਜਿਹੜਾ ਪਾਣੀ ਹੈ ਤਰਬੇਲਾ ਕੋਲ ਉਹ ਇਹ 383000 ਪਾਣੀ ਤਰਬੇਲਾ ਕੋਲ ਉੱਤੇ ਵੇ ਤੇ 319400 ਪਾਣੀ ਤਰਬੇਲਾ ਥੱਲੇ ਡਿਸਚਾਰਜ ਕਰ ਰਿਹਾ ਜਿਸ ਤਰ੍ਹਾਂ ਕੇ ਵੀਡੀਓ ਦੇ ਥੰਬਨੇਲ ਜੇ ਤੁਸੀਂ ਵੇਖਿਆ ਸੀ 383000 ਪਾਣੀ ਇੰਡੀਆ ਨੇ ਛੋੜ ਦਿਆ ਉਹ ਦਰਿਆਇ ਚਨਾਬ ਵਿੱਚ ਨਹੀਂ ਤਰਬੇਲਾ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਜੀ ਖੈਰਾਬਾਦ ਕੋਲ ਪਾਣੀ ਹੈ ਜੀ 46600 ਠੀਕ ਹੈ ਉਹਨਾਂ ਦਰਿਆਵਾਂ ਦੇ ਵਿੱਚ ਇਹ ਮੀਡੀਅਮ ਫਲੱਡ ਵਿੱਚ ਇਹ ਗਿਣਿਆ ਜਾਂਦਾ ਹੈ ਹਾਈ ਫਲੱਡ ਵਿੱਚ ਨਹੀਂ ਉਸ ਤੋਂ ਬਾਅਦ ਜੀ ਗੱਲ ਆ ਗਈ ਜੀ ਕਾਲਾ ਬਾਗ ਦੀ ਕਾਲਾ ਬਾਗ ਕੋਲ ਪਾਣੀ ਹੈ 3 ਲੱਖ 9143 ਜਿਹੜਾ ਪਾਣੀ ਡਿਸਚਾਰਜ ਕਰਵਾ ਰਿਹਾ ਕਰਾ ਰਿਹਾ 3 ਲੱਖ 1643 ਠੀਕ ਹੈ ਜੀ ਇਹ ਪਾਣੀ ਕਾਲਾ ਬਾਗ ਕੋਲੇ ਉਸ ਤੋਂ ਬਾਅਦ ਜੀ ਆ ਜਾਂਦਾ ਚਸ਼ਮਾ ਚਸ਼ਮਾ ਕੋਲ ਪਾਣੀ ਹੈ 3 ਲੱਖ 48285 ਡਿਸਚਾਰਜ ਕਰਵਾ ਰਿਹਾ ਉਹ 3 ਲੱਖ 45765 ਉਸ ਤੋਂ ਬਾਅਦ ਥੱਲੇ ਆ ਗਿਆ ਤੌਸਾ ਤੇ ਤੌਸਾ ਕੋਲ ਪਾਣੀ ਹੈ 3 ਲੱਖ 74545 ਤੇ ਥੱਲੇ ਡਿਸਚਾਰਜ ਕਰਾ ਰਿਹਾ ਹੈ 3 ਲੱਖ 6545 ਗੁੱਡੂ ਕੋਲ ਪਾਣੀ 1 ਲੱਖ 94555 ਥੱਲੇ ਡਿਸਚਾਰਜ ਕਰਵਾ ਰਿਹਾ 1 ਲੱਖ 67783 ਤੁਹ ਥੱਲੇ ਜੀ ਸਖਰ ਤੇ ਸਖਰ ਕੋ ਪਾਣੀ 160105 ਤੇ ਉਹ ਡਿਸਚਾਰਜ ਕਰਵਾ ਰਿਆ ਪਾਣੀ 129495 ਉਹ ਤੋਂ ਥੱਲੇ ਵਿੱਚ ਕੋਟਰੀ ਕੋਟਰੀ ਕੋ ਪਾਣੀ 68775 ਡਿਸਚਾਰਜ ਕਰਵਾ ਰਿਆ ਉਹ 33760 مزید ਜੀ ਉਮੀਦ ਕਰਨਾ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਦੀ ਸਾਰਿਆਂ ਦਰਿਆਵਾਂ ਤੁਹਾਨੂੰ ਅਪਡੇਟ ਦੇ ਦਿੱਤੀ ਏ ਅਗੋਂ ਮੇਰਾ ਭਰਾ ਤੁਹਾਡੀ ਮਰਜ਼ੀ ਤੁਸੀਂ ਵੀਡੀਓ ਸ਼ੇਅਰ ਕਰਨੀ ਹੈ ਜਾਂ ਨਹੀਂ ਕਰਨੀ ਤੇ ਅੱਜ ਦੀ ਵੀਡੀਓ ਤੇ ਅੱਜ ਦਾ ਵਲਾਗ ਜਨਾਬ ਕਰਨਿਆ ਖਤਮ ਮਨੂ ਦਿਓ ਜਨਾਬ ਇਜਾਜ਼ਤ ਅੱਲਾਹ ਤਾਲਾ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਤੁਹਾਡੇ ਬੱਚਿਆਂ ਨੂੰ ਆਪਣੇ ਸੂਮਾਨ ਚ ਰੱਖਿਆ ਜੀ ਤੇ ਮੈਂ ਤੁਹਾਡਾ ਦੋਸਤ ਤੁਹਾਡਾ ਭਰਾ ਸੈਦ ਅਸਮੀਨ ਆਬਦ ਨੈਕਸਟ ਵੀਡੀਓ ਹਣੇ ਤੱਕ ਜ਼ਿਆਦਾ ਜ਼ਿਆਦਾ ਆਪਣਾ ਖਿਆਲ ਰੱਖਣਾ ਜੇ ਆਪਣੀਆਂ ਖਾਸ ਦੁਆਵਾਂ ਚ ਮਨੂ ਯਾਦ ਰੱਖਣਾ ਜੇ ਇਨਸ਼ਾ ਅੱਲਾ ਮਿਲਨੇ ਆ ਜੀ ਕਿਸੇ ਨੈਕਸਟ ਵੀਡੀਓ ਦੇ ਨਾਲ